रहमान रहीम इया का नाबुदु वैया का नस्ताइन। अस्सलाम वालेकुम जी, सुनाओ क्या हाल चाल है। उम्मीद कर सारे ठीक हो। सो तुसी वेख रहे हो मेरा चैनल सनम नाज। अलहमदुल्ला जी, अज है जुमे का दिहाड़ा, तै तारीख है 17, सुबह दे हो गए 10 ते सूरज माशाल्लाह निकली है। अजे 10 होए ने, एडी गर्मी कोनी। ते जेड़ा है ना 10 तो बाद 12-1 तो बाद सही गर्मी नहीं, शिद्दत बढ़ जानी है जी। चलने अखबार उत्थू लैना, कासम की जाना शहर नाल मेरे जैन। आज ना सफर शुरू करने हैं, पहुंच गए जी अखबार। मलिक साहब सुनाओ क्या हाल है। आज चिट्टे चिट्टे होए हो। आज मैं चिट्टे चिट्टे होए हो। बस जुमा है ना आज। मेरी निस्बत ना। चलिए चलो जी। ਐਨ ਹੋ ਗਿਆ ਚੇਂਜ। ਕਾਸਮ ਨਾਲ ਮੋਟਰਸਾਈਕਲ ਕੋਈ ਨਹੀਂ ਸੀ, ਘਰ ਭਰਾ ਲੈ ਗਏ ਅਸੀਂ ਪੇਪਰ ਦੇਣ। ਉਹ ਐਵਣ ਹੀ ਆਇਆ ਸੀ ਅਤੇ ਹੁਣ ਅਸਾਂ ਆਖਿਆ ਕਿ ਮੋਟਰਸਾਈਕਲ ਕੱਢ ਲੈ ਵਾਪਸੀ ਅਤੇ ਫਿਰ ਆ ਜਾਈਂ। ਅਤੇ ਐਂ ਹੁਣ ਮੋਟਰਸਾਈਕਲ ਕੱਢ ਲਿਆ ਅਤੇ ਹੋਟਲੇ ਦਾ ਖਲਾਸਾ ਨਾ, ਉਸ ਤੋਂ ਬਾਅਦ ਸ਼ਹਿਰ ਨਿਕਲ ਜਾ ਸਾਂ 21 ਦੀ। ਪਹੁੰਚ ਗਿਆ ਜੀ ਸਰਾਏ ਲੰਗੀਰ। ਸਪੈਸ਼ਲ ਜਿਹੜਾ ਲਾਜ਼ਮੀ ਕੰਮ ਸੀ ਤਸਵੀਰਾਂ ਚੁਕਵਾਉਣੀਆਂ ਨੇ ਇੱਥੇ। ਇਹ ਜੀ ਫੋਟੋ ਸੈਸ਼ਨ ਹੋ ਲਈ ਹੈ। ਕਾਸਮ ਕੋਡ ਪਾਏ ਇੱਕ ਵੱਡਾ ਜ਼ਹਿਰ ਨਾ ਹੋ ਗਿਆ ਹੁਣ ਕਾਸਮ ਹੈ। ਗੱਲ ਲੱਗੇ ਨਾ ਚਾਹੇ ਚਾਹੀ ਨਹੀਂ ਫਾਈਲ ਅਸੀਂ PDF ਤਸਵੀਰਾਂ ਨਹੀਂ ਚਾਹੀਦੀਆਂ। ਛੋਟਾ ਜਿਹਾ ਕੰਮ ਸੀ ਤੇ ਉਸ ਵਜ੍ਹਾ ਸੁਬਹ ਸਵੇਰੇ ਆਏ ਹਾਂ। ਹੋਰ ਵੀ ਕੰਮ ਹੈ, ਹੋਰ ਵੀ ਕੰਮ ਲੈਣ ਤੇਰਾ ਐਸ ਹੀ ਲੈ ਲੈ। ਫਰੂਟ ਆਣਾ ਲੈਣਾ ਇਹ ਫਰੂਟ ਵਾਲੇ ਲੱਗੇ ਨਾ, ਲਸਾਨੀ ਵਾਲੇ ਕੰਮ ਲੱਗੇ ਨੇ ਤੇ ਅੱਜ ਰਸ਼ ਕੋ ਨਹੀਂ ਏਡਾ ਜੇਲਮ ਜਿਹੜਾ ਨਾ ਜੁਮੈ ਇਸ ਵਜ੍ਹਾ ਦੀ ਜੀ। ਆਮ ਕਿਸ ਤਰ੍ਹਾਂ ਜੇ इमली वाला आलू बहारे वाला नहर नाल लैन फ्रूट चुके है ते पी के वापस चलेंगे घर। एक छोटा गिलास है 50 रुपए का तो वड्डा 100 रुपए का, त्रै छोटे आके ਜਿਆਂ ਤੇ ਜ਼ੈਨ ਆਣਾ ਗੋਸ਼ ਲੈਣ ਤੇ ਹੁਣ ਆਏ ਆ ਗੋੜਾ ਜੱਟਾਂ ਨਾਲ ਪਿੰਡ ਹੈ। ਬੜ ਸਾਹਿਬ ਕੀ ਆਖਿਆ ਗੋਸ਼ ਕਰੋ ਕਿਲੋ ਤੋ ਦਿਓ ਨਾ। ਹਾਂ ਨਹੀਂ ਜਾਣ ਲੱਗੇ ਸਨ ਤੁਹਾਡੇ ਤੋਂ ਛਲੀਆਂ, ਮੈਂ ਦਿਲ ਕੀਤਾ ਛਲੀਆਂ ਹੀ ਲੈ ਲਈ ਭਾਈ ਜੇ बड़े दूर से आप जो गरम गरम शादी देखे। अच्छा काला गुजरा से आए जेलम से। अच्छा जेलम साथ ठीक है। पैदल आए हो? पैदल आया। बड़ी बात। 7 बजे निकला इधर 12 बजे पहुंचे। अच्छा सही है। तुम रोज नहीं आते? रोज नहीं, 2-3 दिन बस लगा। आगे भी आपको देखा है एक बार? फिर नहीं आ सकते। अच्छा सही है। छली जड़ी उपली सही मजे नहीं होनी है। ये गर्मियां सही बिकनी है सर्दियां आज? ये गर्मी में बहुत ज्यादा। अच्छा मौसम इसका भी आने वाला है, बस अभी शुरू है। सही है। तीन कार दो फिर। अच्छा। तीन कार। जी पूजा या कार ते गोश भी ले लिया छलियां भी, हूँ मोटरसाइकिल अंदर खिलाने हैं। अबू भी आ गए तो गड्डी भी अंदर करता तो फिर टाइम हो गया जुमे ना भी तो जुमे नमाज पढ़ने जाना है। ਇਹ ਜ਼ਹਿਨ ਲੱਗੇ ਹੈ ਚਾਵਲ ਕੱਢਣ ਲੱਗੇ ਹੈ ਅਤੇ ਗੋਸ਼ ਲੈਣ ਹੁਣ ਗੋਸ਼ ਬਣਾ ਸੀ ਕਿਹੜਾ ਬਣਾ ਸੀ ਆਪਾਂ ਚਿਕਨ ਕੜਾਈ। ਚਿਕਨ ਕੜਾਈ ਆਣਾ ਜੀ ਥੋੜਾ ਗੋਸ਼ ਤੋਂ ਮਰ ਲੈ ਗਏ ਹੁਣੇ ਆਪੂ ਲੈਣ ਦੇਗੀ ਚਾਵਲ ਵੀ। ਗੋਸ਼ ਤੇ ਐਸੇ ਹੀ ਸੀ ਪਹਿਲਾਂ 1/2 ਕਿਲੋ ਸੀ ਪਰ ਥੋੜਾ ਜਿਹਾ ਹੋਰ ਕਿਲੋ ਲੈਣ ਦੇ। ਜੁਮੇ ਨੇ ਟਾਈਮ ਹੋ ਗਿਆ ਭਾਈ ਮੇਰੇ ਟਾਈਮ ਹੋ ਗਿਆ ਚਲੋ ਲੈਣ ਨਾ ਕਦੇ ਕਦੇ ਬਣਾਉਣਾ ਆਪੂ ਕੜਾਈ ਚਾਈ ਇਸ ਤਰ੍ਹਾਂ ਜਿਹੜਾ ਗੋਸ਼ ਪਿਆ ਹੋਵੇ ਨਾ ਬਣਾਉਣਾ ਗੋਸ਼ ਦੀ ਆ ਪਰ
ਗੱਡੀ ਜਿਹੜਾ ਹੈ ਨਾ ਇਹ ਮੈਂ ਹੀ ਅੰਦਰ ਕਰਨਾ ਅੱਬੂ ਕੀ ਨਾ ਹੋਏ ਬਸ ਨਹੀਂ ਏਡੀ ਜਹਾਜ਼ ਕੋ ਨਹੀਂ ਅਤੇ ਬਾਹਰ ਖਲੋਤੀ ਆ ਜੇ ਧੁੱਪ ਬੜੀ ਹੋਣੀ ਹੈ ਜਿਵੇਂ ਤਾਂ ਪਹਿਲਾਂ ਹੀ ਅੰਦਰ ਕਾਸ਼ ਵੀ ਚੰਗਾ ਹੋਵੇ ਇਹ ਖਲੋਤੀ ਹੈ ਗੱਡੀ ਅਤੇ ਇੱਥੋਂ ਲੈ ਕੇ ਜਾਣਾ ਰਵਸ ਅਤੇ ਰਵਸ ਸੌਖੀ ਅੰਦਰ ਤੁਰ ਜਾਣੀ ਹੈ ਅੱਲਾ ਜੀ ਨਮਾਜ਼ ਜੁਮਾ ਟਾਈਮ ਹੋ ਗਿਆ ਅਤੇ ਮੈਂ ਸਭ ਪੁੱਜ ਆਇਆ ਫਤਵਾ ਸ਼ੁਰੂ ਹੋਇਆ ਅਲਹਮਦੁਲਿਲਾ ਜੀ ਜੁੰਮੇ ਦੀ ਨਮਾਜ਼ ਪੜ੍ਹ ਆਇਆ ਅਤੇ ਮਾਸ਼ਾਅੱਲਾ ਜ਼ਹਿਨ ਸਾਲਨ ਤਿਆਰ ਕਰ ਛੋੜਿਆ ਕੜਾਹੀ ਅਤੇ ਘਰੇ ਨਹੀਂ ਤੰਦੂਰੀ ਰੋਟੀ ਹੈ ਅਤੇ ਵਿੱਚ ਮਿੱਟੀ ਨੇ ਬਰਤਨਾਂ ਨਾਲ ਮੈਂ ਬੜਾ ਸ਼ੌਕ ਨਾਲ ਖਾਣਾ ਜਿਹੜਾ ਨਾ ਮਿੱਟੀ ਨੇ ਬਰਤਨਾਂ ਨਾਲ ਗਲਾਸ ਹੈ ਕੋਲ ਪਾਣੀ ਵਾਲਾ ਮਿੱਟੀ ਨਾਲ ਅਤੇ ਸਲਾਦ ਹੈ ਹੁਣ ਅੱਲਾ ਨਾਂ ਲੈ ਕੇ ਸ਼ੁਰੂ ਕਰਨੇ ਹਾਂ ਅਲਹਮਦੁਲਿਲਾ ਜੀ ਟਾਈਮ ਹੋ ਗਿਆ 6:15 ਨਾ ਅਤੇ ਗਰਮੀ ਢੇਰ ਹੋ ਜਾਣੀ ਹੈ ਘੰਟਾ ਤੋਂ ਸੌਣਾ ਫਿਰ ਸਿਰੇ ਦਰਦ ਸ਼ੁਰੂ ਹੋ ਜਾਣਾ ਹੁਣ ਮੋਟਰਸਾਈਕਲ ਕਰਨੇ ਆ ਚੱਲਣੇ ਆ ਨਹਿਰੇ 'ਤੇ ਹੋਟਲੇ 'ਤੇ ਬੈਠੇ ਸਾਂ ਅਤੇ ਮੁੜੇ ਆਉਣੇ ਗਰਮੀ ਢੇਰ ਹੋਈ ਹੈ ਅਤੇ ਹੁਣ ਆਏ ਹਾਂ ਇੱਥੇ ਟੂਵੈਲ ਚਲਾਸਾਂ ਨਾਸਾਂ ਪਰਨੇ ਚੁੱਕ ਲਏ ਉਹ ਤੋਸ਼ੀ ਚਲਾਉਣ ਲਏ ਉਹ ਤੱਕੀ ਨਾ ਖਰਾਬ ਕਰੀ ਚੱਲ ਪੀ ਚੱਲ ਪੀ ਅਲਹਮਦੁਲਿਲਾ ਜੀ ਨਹਾ ਛਾ ਰਹੇ ਹਾਂ ਪਾਣੀ ਚੰਗਾ ਠੰਡਾ ਸੀ ਇਹਨਾਂ ਵੀਡੀਓ ਨਹੀਂ ਬਣਾਉਣ ਦਿੱਤੀ ਐਂ ਸਹੀ ਉਹ ਹੈ ਨਹੀਂ ਸਾਨੂੰ ਸ਼ਲਟਾਂ ਸ਼ੁਲਟਾਂ ਪਾਈਆਂ ਅਤੇ ਇਨਸ਼ਾਅੱਲਾ ਅੱਜ ਨਾ ਵਲੋਗ ਇੱਥੇ ਐਂਡ ਕਰਨੇ ਹਾਂ ਉਮੀਦ ਕਰਦਾ ਤੁਹਾਨੂੰ ਵਲੋਗ ਪਸੰਦ ਆਇਆ ਸੀ ਮਿਲਾਂਗੇ ਅਗਲੇ ਵਲੋਗ ਵਿੱਚ ਅੱਲਾ ਹਾਫਿਜ਼